ਹਾਂਜੀ ਸਾਰੇ ਨਮਸਤੇ, ਹਰ ਹਰ ਮਹਾਂਦੇਵ, ਜੈ ਭੋਲੇ ਨਾਥ। ਅਤੇ ਜੇ ਸ਼ਿਵਜੀ ਭਗਵਾਨ ਦੀ ਮੂਰਤੀ ਹੈ ਤੁਹਾਨੂੰ ਦਿਖੀ ਹੋਣੀ ਹੈ, ਕਾਫੀ ਜਿਹੀਆਂ ਸੋਸ਼ਲ ਮੀਡੀਆ 'ਚ ਵਾਇਰਲ ਰਹਿੰਦੀ ਹੈ। ਅਤੇ ਇਹ ਹੈ ਮਨੀਕਰਨ, ਅਤੇ ਤੂੰ ਭਗਵਾਨ ਦੇ ਭੋਲੇ ਨਾਥ ਦੀ ਮੂਰਤੀ ਹੈ। ਕਹਿੰਦੇ ਮਨੀਕਰਨ ਜਿਹੜਾ ਅਸੀਂ ਆਪਣੇ ਜਿਹੜੇ ਉਬਲਦੇ ਪਾਣੀ ਦੇ ਕੁੰਡ ਹਨ ਇਹਨਾਂ ਵਾਸਤੇ ਬੜਾ ਫੇਮਸ ਹੈ। ਤਾਂ ਤੁਸੀਂ ਦੇਖੀ ਸਕਦੇ ਨੇ ਕਿਤਨਾ ਪਾਣੀ ਉਬਲਾ ਦਾ, ਕਹਿੰਦੇ ਇਸ 'ਚ ਜਿਹੜੀਆਂ ਸੱਚ ਰੋਟੀਆਂ ਰੱਖੀਆਂ ਹਨ, ਇਸ 'ਚ ਜਿਹੜਾ ਹੈ ਦਾਲ ਭੱਤ ਜਿਹੜਾ ਸੈ ਪੱਕਾ ਦਾ ਹੈ। ਕਹਿੰਦੇ ਇਹ ਦੇਖੀ ਸਕਦੇ ਨੇ ਤੁਸੀਂ, ਇਹ ਪਾਰਵਤੀ ਨਦੀ ਹੈ, ਕਿਤਨੀ ਤੇਜ਼ ਪਾਣੀ ਹੈ ਇਸ 'ਚ ਚੱਲਿਆ ਦੇਖੀ ਸਕਦੇ ਹਾਂ ਤੁਸੀਂ। ਕਹਿੰਦੇ ਇਹ ਭਗਵਾਨ ਭੋਲੇਨਾਥ ਦਾ ਮੰਦਿਰ ਹੈ, ਬੈਕ ਸਾਈਡ 'ਤੇ ਪਿਛਲੇ ਪੱਖੇ 'ਤੇ ਸੁੱਜਾ ਦਾ। ਕਹਿੰਦੇ ਇਹ ਗੁਰਦੁਆਰਾ ਮਨੀਕਰਨ ਸਾਹਿਬ, ਕਾਫੀ ਇੱਥੋਂ ਸ਼ਰਧਾਲੂ ਆਉਂਦੇ, ਸਿੱਖ ਹਿੰਦੂ ਸ਼ਰਧਾਲੂ ਬੜੇ ਆਉਂਦੇ ਇੱਥੋਂ। ਤਾਂ ਇੱਥੋਂ ਦੇਖੀ ਸਕਦੇ ਹਾਂ ਤੁਸੀਂ ਇਹ ਗਰਮ ਪਾਣੀ ਕਿਤਨਾ ਉਬਲਾਦਾ ਹੈ। ਤਾਂ ਇਸ 'ਚ ਇੱਥੋਂ ਜਿਹੜਾ ਸਹਿ ਬੱਤ ਦਾਲੀ ਜਿਹੜੀਆਂ ਸਹਿ ਪਕਾਈ ਲੈਂਦੇ। ਤਾਂ ਇਹ ਦੇਖਾ ਇਹ ਉਬਲਦੇ ਪਾਣੀ ਦਾ ਕੁੰਡ ਹੈ ਇੱਥੋਂ, ਇਹ ਜੇ ਬੋਰੀ ਦੇ ਸੁੱਜਾ ਦੀ ਇਸ 'ਚ ਇੱਥੋਂ ਜਿਹੜੇ ਡਾਬੇ ਵਾਲੇ ਥੇ ਤਿੰਨਾ ਆਲੂ ਉਬਲਣਾ ਪਾਏ ਥੇ, ਤਾਂ ਬੋਲੇ 1-1.5 ਘੰਟੇ 'ਚ ਆਲੂ ਜਿਹੜੇ ਸਹਿ ਵਧੀਆ ਉਬਲੀ ਜਾਂਦੇ। ਤਾਂ ਦੇਖੀ ਸਕਦੇ ਕਿਤਨਾ ਪਾਣੀ ਜਿਹੜਾ ਸਹਿ ਉਬਲਾਦਾ ਹੈ, ਮਤਲਬ ਹੱਥ ਨਹੀਂ ਲਗਾ ਸਕਦੇ, ਇਤਨਾ ਗਰਮ ਹੈ। ਤਾਂ ਅਸਾਂ ਵੀ ਕਿਹਾ ਕਿਤੇ ਹਜੇ ਚਣੇ ਲਈ ਜਾਂਦੇ ਇੱਥੇ ਜੀ ਬਾਲਣੇ ਪਈਆਂ, ਤਾਂ ਜਿਹੀਆਂ ਚਣੇ ਜਿਹੜੇ ਅਸੀਂ ਸੇੜੀ ਕੇ ਰੱਖੇ ਤੇ, ਕਹਿੰਦੇ ਕਿ ਪੋਟਲੀ 'ਤੇ ਜਿਹੜਾ ਸਹ ਬਣੀ ਤੇ ਹਨ ਚਣੇ, ਕਹਿੰਦੇ ਇਹ ਜਿਹੜੇ ਚਣੇ ਅਸੀਂ ਹਾਂ ਉਬਾਲਣਾ ਪਾਈ ਜਾਣੇ। ਤਾਂ ਲਗਭਗ 15-20 ਮਿੰਟਾਂ 'ਚ ਜਿਹੜੇ ਚਣੇ ਜਿਹੜੇ ਅਸ ਵਧੀਆ ਉਬਲੀ ਜਾਂਦੇ ਹਨ। ਕਹਿੰਦੇ ਦੇਖਾ ਇੱਕ ਦਾਗਾ ਦੇ ਬਣੀ ਤਾ ਇਸ 'ਚ, ਕਹਿੰਦੇ ਜਿਹੜਾ ਦਾਗਾ ਸੈਂਗਲੇ 'ਚ ਬੰਨ੍ਹੀ ਕੇ ਰੱਖਣਾ ਹੈ, ਨਹੀਂ ਤਾਂ ਫਿਰ ਪਾਣੀ 'ਤੇ ਨਿਕਾਲਣਾ ਮੁਸ਼ਕਿਲ ਹੋ ਜਾਂਦੇ। ਤਾਂ ਚਣੇ ਜਿਹੜੇ ਅਸੀਂ ਹਾਂ ਉਬਾਲੀ ਲੈਣੇ ਹਨ। ਕਹਿੰਦੇ ਇਹ ਜੇ ਮਨੀਕਰਨ ਨਾ ਪਿਆ, ਇਹ ਪਿਆ ਜਿਹੀਆਂ ਮਨੀਕਰਨ ਮਤਲਬ ਕੰਨੇ ਦੀ ਬਾਲੀ ਦਾ ਰਤਨ ਜਾਂ ਬਾਲੀ, ਅਤੇ ਇਸ ਦੇ ਕਾਰਨ ਪਿਆ ਮਨੀਕਰਨ। ਤਾਂ ਜਿਹੀਆਂ ਮਾਤਾ ਪਾਰਵਤੀ ਕਹਿੰਦੇ ਭਗਵਾਨ ਭੋਲੇਨਾਥ ਜੀ ਇੱਥੋਂ ਗੁਮਾ ਦੇ ਥੇ, ਕਹਿੰਦੇ ਮਾਤਾ ਪਾਰਵਤੀ ਦੀ ਜਿਹੜੇ ਸਹਿ ਕੰਨੇ ਦੀ ਬਾਲੀ ਜਾਂ ਮਣੀ ਜਾਂ ਬਹੁਮੁੱਲੇ ਰਤਨ ਜਿਹੜਾ ਸਹਿ ਗੁਆਚੀ ਹੈ ਇੱਥੋਂ, ਕਹਿੰਦੇ ਮਤਲਬ ਮਿਲਿਆ ਨਹੀਂ ਸਹਿ। ਤਾਂ ਫਿਰ ਮਾਤਾ ਪਾਰਵਤੀ ਨੇ ਭਗਵਾਨ ਭੋਲੇਨਾਥ ਜੀ ਜੋ ਨਿਵੇਦਨ ਕੀਤਾ ਵੀ ਇਸੇ ਤੋਪੀ ਦਿਆ, ਤਾਂ ਪਹਿਲੇ ਭਗਵਾਨ ਭੋਲੇਨਾਥ ਜੀ ਨੇ ਆਪਣੇ ਜਿਹੜੇ ਸੇਵਕ ਥੇ ਗਣ ਥੇ ਸਹਿ ਭੇਜੇ, ਤੋਂ ਆਪਣਾ ਨਹੀਂ ਮਿਲਿਆ। ਤਾਂ ਫਿਰ ਭਗਵਾਨ ਭੋਲੇਨਾਥ ਜੀ ਗੁੱਸਾ ਆਈ ਆ, ਤਾਂ ਫਿਰ ਤਿੰਨਾਂ ਜਿਹੀਆਂ ਤ੍ਰਿਸ਼ੂਲ ਮਾਰਿਆ, ਕਹਿੰਦੇ ਆਪਣਾ ਜਿਹੜਾ ਹੈ ਤ੍ਰਿਆ ਨੇਤਰ ਖੋਲ੍ਹੀ ਤਾ। ਤਾਂ ਇਸ ਦੇ ਕਾਰਨ ਜਿਹੜੇ ਹਨ ਸਹਿ ਜਿਹੜੇ ਗਰਮ ਪਾਣੀ ਦੇ ਕੁੰਡ ਹਨ ਸਹਿ ਉਤਪੰਨ ਹੋਈ ਹੈ, ਸਹਿ ਬਣੀ ਹੈ ਇੱਥੋਂ। ਕਹਿੰਦੇ ਜਿਹੜੀ ਮਾਤਾ ਪਾਰਵਤੀ ਦੀ ਮਣੀ ਗੁਆਚੀ ਸੀ ਸਹਿ ਵੀ ਮਿਲੀ ਗਈ, ਤਾਂ ਇਸ ਦੇ ਕਾਰਨ ਹੀ ਇਸ ਜਗ੍ਹਾ ਦਾ ਨਾਂ ਜਿਹੜਾ ਸਹਿ ਮਨੀਕਰਨ ਪਿਆ ਹੈ। ਅਤੇ ਦੇਖਾ ਜਿਹੜੇ ਆਲੂ ਪਾਏ ਥੇ ਉਬਲਣਾ ਸਭ ਵਧੀਆ ਉਬਲੀ ਆਏ ਨੇ ਇਹ ਡਾਬੇ ਵਾਲਿਆਂ ਦੇ, ਅਤੇ ਨਾ ਇਹ ਜਿਹੜੀ ਪੋਟਲੀ ਸੀ ਇਹ ਪਲਾਸਟਿਕ ਇਹਦੇ ਬੋਰੀ ਇਹ 'ਚ ਪਾਏ ਥੇ, ਸੇ ਕੱਢੀ ਲਏ ਹਨ। ਕਹਿੰਦੇ ਨਾ ਫਿਰ ਇਸਦੇ ਆਲੂ ਦੇ ਪਰੌਂਠੇ ਜਿਹੜੇ ਹਨ ਸਹਿ ਬਣਾਈ ਕੇ ਖਾਣੇ ਆ। ਕਹਿੰਦੇ ਦੀ ਪੋਟਲੀ ਜਿਹੜੀ ਹੈ ਸਭ ਵਿੱਚ ਵਧੀਆ ਉਬਲਾ ਦੀ ਹੈ ਪਾਣੀ 'ਚ, ਦੇਖਾ ਕਿਤਨਾ ਪਾਣੀ ਜਿਹੜਾ ਸਭ ਉਬਲਾ ਦਾ ਹੈ। ਲਗਭਗ 15-20 ਮਿੰਟ ਹੋਈ ਹੈ ਨਾ ਚਣੇ ਉਬਾਲਣਾ ਜਿਹੜੇ ਪਾਏ ਥੇ, ਤਿੰਨੇ ਜੋ ਹੁਣ ਚੈੱਕ ਕਰ ਲੈਂਦੇ ਨੇ, ਦੇਖੀ ਲੈਂਦੇ ਨਾ। ਅਤੇ ਦੇਖਿਆ ਜਿਹੜੀ ਪੋਟਲੀ ਹੈ ਸਹਿ ਖਿੰਜੀ ਲਈ ਹੈ, ਕਹਿੰਦੇ ਹੁਣ ਹਜੇ ਖੋਲ੍ਹੀ ਲੈਣੀ ਹੈ। ਕਹਿੰਦੇ ਬੜੀ ਵਾਰੀ ਗਰਮ ਹੈ, ਤਾਂ ਥੋੜ੍ਹਾ ਲਿਆਂਦੇ ਨੇ ਜਿਵੇਂ ਖੋਲ੍ਹਾ ਦੇ ਨਾ, ਹੱਥਾਂ 'ਚ ਬੜਾ ਗਰਮ ਲੱਗਾ ਦਾ। ਕਹਿੰਦੇ ਚਣੇ ਜਿਹੜੇ ਸਹਿ ਵਧੀਆ ਪੱਕੀ ਹੋਣ ਬਾਹਰ, ਅਤੇ ਹਾਂ ਜਿਵੇਂ ਟੋਈ ਲਿਆ ਨਾ, ਚੈੱਕ ਕਰ ਲਿਆ ਨਾ, ਤੁਹਾਨੂੰ ਰੱਸੀ ਖੋਲ੍ਹੀ ਲੈਂਦੇ ਨੇ ਚਣਿਆਂ ਦੀ। ਅਤੇ ਦੇਖਾ ਚਣੇ ਜਿਹੜੇ ਸਹਿ ਵਧੀਆ ਉਬਲੀ ਹਨ, ਕਹਿੰਦੇ ਵਧੀਆ ਬੜੇ ਗਰਮ ਹਨ। ਅਤੇ ਦੇਖਾ ਹੱਥੇ ਨਾਲ ਜਿਹੜਾ ਸਹਿ ਵਧੀਆ ਮੈਸ਼ ਹੋ ਯਾਦ ਨੇ ਦੇਖੀ ਸਕਦੇ ਹੋ ਤੁਸੀਂ। ਤਾਂ ਤੁਸੀਂ ਦੇਖਿਆ ਕਿਤਨੀ ਆਸਾਨੀਆਂ ਨੇ ਜਿਹੜੇ ਸਹਿ ਚਣੇ ਉਬਲੀ ਆਏ ਨਾ, ਨਾ ਕੋਈ ਹਾਂ ਜੋ ਅੱਗ ਜਲਾਉਣ ਦੀ ਜ਼ਰੂਰਤ ਪਈ, ਨਾ ਕੁੱਕਰੇ 'ਚ ਉਬਾਲੇ, ਨਾ ਚਣੇ ਦੇਖਾ ਗਰਮ ਪਾਣੀ ਜਿਹੜੇ ਕੁੰਡਾ ਨੇ ਇਸ 'ਚ ਹਾਂ ਚਣੇ ਜਿਹੜੇ ਸਹਿ ਉਬਾਲੀ ਲਏ ਨੇ।
ਤਾਂ ਚਣੇ ਉਬਲੀ ਆਏ ਨੇ ਤਾਂ ਹੁਣ ਇਹ ਖਾਈ ਲੈਣੇ ਹਨ, ਬੜੇ ਸਵਾਦ ਲੱਗਾ ਦੇ ਹਨ। ਕਹਿੰਦੇ ਇੱਥੋਂ ਜਿਹੜਾ ਜਿਹੀਆਂ ਵਿੱਚ ਰੋਟੀਆਂ ਤੁਸੀਂ ਦੇਖੀ ਸਕਦੇ ਹਨ, ਬੱਤ ਦਾਲ ਸਭ ਇਸ 'ਚ ਉਬਾਲਦੇ ਕਹਿੰਦੇ ਤੁਸੀਂ ਖਾਂਦੇ ਹਨ। ਤਾਂ ਵਧੀਆ ਦੇਖਾ ਪਾਣੀ ਕਿਤਨਾ ਉਬਲਾਦਾ, ਕਹਿੰਦੇ ਇੱਥੋਂ ਦੀਆਂ ਨਹਾਉਣੇ ਤੀਆਂ ਵੀ ਇਹ ਗਰਮ ਪਾਣੀ ਜਿਹੜਾ ਸਹਿ ਯੂਜ ਕਰਦੇ ਹਨ, ਕੁੰਡ ਬਣੇ ਹੋਏ ਨੇ, ਇੱਥੋਂ ਤਾਂ ਤੁਸੀਂ ਜਾ ਕੇ ਨਹਾ ਵੀ ਸਕਦੇ। ਅਤੇ ਇਹਨਾਂ ਦੀ ਜਿਹੜੀ ਪਾਣੀ ਉਬਲਾਦਾ ਹੈ, ਇਸਦੀ ਜਿਹੜੀ ਮੈਡੀਸਨ ਵੈਲਿਊ ਵੀ ਹੈ, ਤਾਂ ਸਰੀਰ ਦੇ ਜਿਹੜੇ ਇਹਦੀਆਂ ਚਮੜੀ ਹੈ ਕਈ ਰੋਗ ਹੁੰਦੇ, ਤਾਂ ਇਸ ਵਾਸਤੇ ਵੀ ਪਾਣੀ ਵਧੀਆ ਹੈ। ਤਾਂ ਤੁਹਾਨੂੰ ਵੀਡੀਓ ਕਦੇ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ।